ਪੰਜਾਬ ਟੀ ਵੀ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਪ ਸਿੰਘ ਸਿੱਧੂ ਅਤੇ ਮੇਰਾ ਸਾਥੀ ਗੁਰਦਾਸ ਧਾਲੀਵਾਲ। ਅੱਜ ਅਸੀਂ ਪਹੁੰਚੇ ਹੋਏ ਹਾਂ ਉਸ ਇਲਾਕੇ ਦੇ ਵਿੱਚ ਜਿਹੜਾ ਬਾਕੀ ਪੰਜਾਬ ਦੇ ਬਹੁਤਿਆਂ ਹਿੱਸਿਆਂ ਦੇ ਵਾਂਗੂ ਹੜ੍ਹ ਦੀ ਮਾਰ ਹੇਠ ਹੈ। ਜਦੋਂ ਸੁਲਤਾਨਪੁਰ ਨੂੰ ਚੱਲਦੇ ਹਾਂ ਮਖੂ ਵਾਲੇ ਪਾਸਿਓਂ ਤਾਂ ਗਿੱਦੜਵਿੰਡੀ ਮੇਨ ਇਲਾਕਾ ਹੈ, ਮੇਨ ਪਿੰਡ ਹੈ। ਉੱਥੇ ਇਹ ਹਾਲਾਤ ਬਣੇ ਹੋਏ ਨੇ, ਜਿਹੜੇ ਸ਼ੁਰੂਆਤ ਇੱਥੋਂ ਹੋ ਜਾਂਦੀ ਹੈ ਨਾਲ ਹੀ ਟੋਲ ਪਲਾਜ਼ਾ। ਜਦੋਂ ਹੀ ਟੋਲ ਪਲਾਜ਼ਾ ਲੰਘੋਗੇ ਤਾਂ ਇਸ ਤੋਂ ਬਾਅਦ ਸਤਲੁਜ ਦਰਿਆ ਜਿਹੜਾ ਬੰਨ ਤੋੜ ਕੇ ਵੱਖ ਵੱਖ ਥਾਵਾਂ ਦੇ ਉੱਤੇ ਪਾਣੀ ਫਿਰ ਰਿਹਾ। ਇਸ ਪਾਸੇ ਜੇ ਪਿੱਛੇ ਦੇਖਦੇ ਹਾਂ ਤਾਂ ਮਖੂ ਵਾਲੇ ਪਾਸੇ ਨੂੰ ਥੋੜ੍ਹੀ ਜਿਹੀ ਤਬਾਹੀ ਘੱਟ ਹੈ, ਪਰ ਜਿਵੇਂ ਜਿਵੇਂ ਅੱਗੇ ਜਾਵਾਂਗੇ ਇੱਥੇ ਹਾਲਾਤ ਬਹੁਤ ਮਾੜੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੇ ਇਸ ਟੋਲ ਪਲਾਜ਼ੇ ਦੇ ਕੋਲ ਸੜਕ ਦੇ ਉੱਤੇ ਵੀ ਸਮਾਨ ਹੈ ਜਿਹੜਾ ਆਪਦਾ ਟਰਾਲੀਆਂ 'ਚ ਪਾ ਕੇ ਰੱਖਿਆ ਹੋਇਆ, ਅਤੇ ਨਾਲ ਹੀ ਜਿਹੜਾ ਘਰ ਹੈ, ਬੇਸ਼ੱਕ ਇੱਥੇ ਪਾਣੀ ਦਾ ਵਹਾਅ ਜਿਹੜਾ ਓਡਾ ਨਹੀਂ ਕਿਹਾ ਜਾਂਦਾ, ਪਰ ਫਿਰ ਵੀ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਇੱਥੇ ਖੜ੍ਹਾ। ਤੁਹਾਨੂੰ ਪਾਣੀ ਚਾਰੇ ਪਾਸੇ ਨਜ਼ਰ ਆਊਗਾ, ਪਰ ਕਿਤੇ ਵੀ ਇਹ ਨਹੀਂ ਨਜ਼ਰ ਆ ਰਿਹਾ ਕਿ ਫਸਲ ਹੈ। ਉਹ ਦੇਖੋ ਚਰੀ ਹੈ, ਥੋੜ੍ਹੀ ਬਹੁਤ ਦਿਸ ਰਹੀ ਹੈ ਕਿ ਸੀ। ਸੋ ਇਹ ਹਾਲਾਤ ਸਾਡੇ ਬਣ ਗਏ ਨੇ, ਕਿਸਾਨ ਕਿਵੇਂ ਸਰਵਾਈਵ ਕਰਨਗੇ? ਕਿਸਾਨਾਂ ਦੀ ਸਮੱਸਿਆ ਇਹ ਹੈ ਕਿ ਉਹਨਾਂ ਦਾ ਸਾਰਾ ਹੀ ਨੁਕਸਾਨ ਹੋ ਗਿਆ, ਫਸਲ ਵੀ, ਉਹਨਾਂ ਦੇ ਪਸ਼ੂ ਵੀ ਅਤੇ ਘਰ ਵੀ। ਅਤੇ ਦੂਸਰੇ ਪਾਸੇ ਮਜ਼ਦੂਰ ਹੈ, ਉਹਨਾਂ ਦੇ ਪਿੜ ਪੱਲੇ ਵਿਚਾਰਿਆਂ ਦੇ ਕੀ ਹੁੰਦਾ, ਉਹਨਾਂ ਦੇ ਕੋਲ ਵੀ ਪਸ਼ੂ ਅਤੇ ਘਰ ਹੁੰਦੇ ਆ, ਸੋ ਉਹ ਵੀ ਪ੍ਰਭਾਵਿਤ ਹੋਏ ਨੇ। ਜਿਹੜੀ ਗੱਲ ਜਾਣਨੀ ਹੈ ਉਹ ਇਹ ਹੈ ਕਿ ਲੋਕਾਂ ਦੇ ਹਾਲ ਕੀ ਨੇ, ਪ੍ਰਸ਼ਾਸਨ ਨੇ ਕੀ ਕੀਤਾ, ਇਹ ਸਾਰੀਆਂ ਗੱਲਾਂ ਜਾਣਨ ਦੇ ਵਾਸਤੇ ਪਹੁੰਚਦੇ ਹਾਂ ਅਗਲੇ ਪਿੰਡਾਂ ਦੇ। ਅਸੀਂ ਪੰਜਾਬ ਦੀ ਟੀਮ ਦੇ ਵੱਲੋਂ ਪਹੁੰਚੇ ਹੋਏ ਹਾਂ ਜੀ ਪਿੰਡ ਗਿੱਦੜਵਿੰਡੀ ਦੇ ਵਿੱਚ, ਸੁਲਤਾਨਪੁਰ ਲੋਧੀ ਦਾ ਇਹ ਇਲਾਕਾ ਹੈਗਾ। ਔਰ ਇੱਥੇ ਜੋ ਹੜ੍ਹਾਂ ਦੀ ਮਾਰ ਹੈ ਇਹ ਬਾਕੀ ਪੰਜਾਬ ਵਾਂਗੂ ਹੀ ਹੈ, ਔਰ ਜਾਂ ਇਹ ਕਹਿ ਲਈਏ ਕਿ ਦੁਆਬਾ ਖੇਤਰ ਦੇ ਵਿੱਚ ਜਿਹੜਾ ਹੜ੍ਹਾਂ ਦਾ ਨੁਕਸਾਨ ਹੋ ਰਿਹਾ, ਇਸ ਪਿੰਡ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕੁਛ ਕੁ ਨੌਜਵਾਨ ਹੈ, ਕੁਛ ਕੁ ਪੀੜਤ ਲੋਕ ਨੇ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕੌਣ ਇੱਥੇ ਪਹੁੰਚਿਆ, ਕਿਹੋ ਜਿਹੀਆਂ ਸਮੱਸਿਆਵਾਂ ਨੇ ਉਹ ਸਭ ਦੇ ਸਾਹਮਣੇ ਹੈ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਭਾਅ ਜੀ, ਕਿਹੋ ਜਿਹੇ ਹਾਲਾਤ ਹੈ? ਇਹ ਤਾਂ ਸਾਡੇ ਸਾਹਮਣੇ ਨੇ, ਇਹ ਕਦੋਂ ਕੁ ਤੋਂ ਪਾਣੀ ਆ ਗਿਆ? ਇਹ ਕੱਲ੍ਹ ਦਾ ਭਾਅ ਜੀ ਪਾਣੀ ਆਇਆ ਹੈ ਵਾ, ਅਤੇ ਪਰਸੋਂ ਬੰਨ ਟੁੱਟ ਗਿਆ ਇਹ, ਅਤੇ ਕੱਲ੍ਹ ਦਾ ਪਾਣੀ ਆਇਆ ਹੈ ਅਤੇ ਬਹੁਤ ਮੰਦਾ ਹਾਲਾ, ਬਹੁਤ ਜ਼ਿਆਦਾ ਓਵਰਫਲੋ ਹੋ ਰਿਹਾ ਪਾਣੀ। ਹਾਲੇ ਕੋਈ ਮਤਲਬ ਕੋਈ ਆਇਆ, ਕੱਲ੍ਹ ਬਾਬੇ ਆਇਆ, ਉਸ ਰੋਟੀ ਸ਼ਾਮੀ ਦੇ ਗਏ ਆ, ਅਤੇ ਕਹਿੰਦੇ ਆਪਣੇ ਫਿਕਰ ਕਰਨਾ ਨੇ ਕੋਈ। ਮੈਂ ਜਿਹਦੇ ਕੋਲ ਹੁੰਦਾ ਨਾ ਜੀ, ਪਲੀਜ਼ ਜਾਂ ਤਾਂ ਤੁਸੀਂ ਕੰਟੀਨਿਊ ਰੱਖੋ, ਆ ਜਾਓ। ਪ੍ਰਸ਼ਾਸਨ ਵੱਲੋਂ ਕੋਈ ਨਹੀਂ ਭਾਅ ਜੀ ਆਇਆ, ਹਾਲੇ ਸਿਰਫ ਅਸੀਂ ਆਪ ਹੀ ਪੈਰਵਾਈ ਕਰ ਰਹੇ ਹਾਂ। ਪਾਣੀ ਹਾਲੇ ਹੋਰ ਵੱਧ ਰਿਹਾ, ਜਿੱਦਾਂ 88 ਵਾਲਾ ਹੜ੍ਹ ਆਇਆ ਨਾ, 88 ਵਾਲੇ ਹੜ੍ਹ ਤੋਂ ਹੁਣ ਹੋਰ ਉੱਪਰ ਆ ਰਿਹਾ ਪਾਣੀ। ਆਬਾਦੀ ਕਿੰਨੀ ਕੁ ਪਿੰਡ ਦੀ ਇਸ ਦੀ? ਆਬਾਦੀ ਤਾਂ ਕੁੱਲ ਹੋਊਗੀ 1000 ਬਰਸ, ਅਤੇ ਰਕਬਾ ਲਗਭਗ ਇੱਥੋਂ ਆ ਜਿਹੜਾ ਦਰਿਆ ਸ਼ੁਰੂ ਹੁੰਦਾ ਫਿਰ ਸਾਰਾ ਇਹ ਤੁਹਾਡੇ ਪਿੰਡਾਂ ਦਾ ਹੀ ਹੈ? ਹਾਂਜੀ ਹਾਂਜੀ। ਅੱਗੇ ਅੱਗੇ ਕਿੱਥੋਂ ਤੱਕ ਪਾਣੀ ਖੜ੍ਹਾ? ਇਹ ਆਪਣੇ ਸਾਬੂ ਵੱਲ ਤੱਕ, ਲੋਹੀਆਂ ਤੱਕ ਪਹੁੰਚ ਜਾਂਦਾ। ਅਤੇ ਪਸ਼ੂ ਡੰਗਰ ਬਾਹਰ ਨਿਕਲ ਗਏ ਨੇ ਭਾਅ ਜੀ? ਹਾਂਜੀ ਹਾਂਜੀ, ਪਸ਼ੂ ਡੰਗਰ ਤਾਂ ਕੱਢ ਲਏ ਆ, ਮੰਨ ਕੇ ਚੱਲੋ ਜਿੱਦਾਂ ਦਾ ਕੱਲ੍ਹ ਦਾ ਪਾਣੀ ਆਉਂਦਾ, 2,50,000 ਲੱਗੀ ਬੰਨ, ਬੰਦੀ ਹਟੀ ਆ, ਅਤੇ ਕੋਈ ਨਹੀਂ ਬੰਨ, ਅਤੇ ਉੱਥੇ ਕੋਈ ਪ੍ਰਸ਼ਾਸਨ ਕੋਈ ਨਹੀਂ ਪਹੁੰਚਾ, ਠੀਕ ਆ, ਆਪ ਲੋਕ ਭਾਜੋ ਨਾਠੋ ਕਰਕੇ, ਅਤੇ ਇਹਨਾਂ ਨੇ ਮੁੜ ਕੇ ਉੱਥੇ ਜੋ ਨਹੀਂ ਬੇਵਸੀ ਹੋ ਗਈ, ਅਤੇ ਮੁੜ ਕੇ ਇਹਨਾਂ ਨੇ ਕੀਤਾ ਵੀ ਆਪਣੋ ਆਪਣਾ ਸਮਾਨ ਕਿਸੇ ਕੋਲ ਨਿਕਲਿਆ, ਕਿਸੇ ਕੋਲ ਨਹੀਂ ਨਿਕਲਿਆ, ਪ੍ਰਸ਼ਾਸਨ ਨੇ ਆ ਕੇ ਇੱਥੇ ਸਾਰਵ ਨਹੀਂ ਲਈ ਇੱਕ ਵਾਰੀ। ਇਹ ਲੋਕ ਵਿਚਾਰੇ ਹੁਣ ਡੁੱਬਦੇ ਡੰਬਦੇ ਬਾਹਰ ਆਉਂਦੇ ਆ ਜਾਂ ਵੇਖਦੇ ਆ, ਬੱਚੇ ਵੀ ਉੱਥੇ ਆ, ਉਹਨਾਂ ਕੋਲ ਵੀ ਜਾਣਾ ਵਾ, ਠੀਕ ਆ, ਆ ਸਾਡੇ ਇੱਕ ਬਕਸੇ ਵੀ ਬੜੇ ਨੀਵੇਂ ਆ ਬਿਜਲੀ ਦੇ, ਕੋਈ ਨਹੀਂ। ਭਾਅ ਜੀ, ਤੁਸੀਂ ਵੀ ਦੱਸਿਓ ਕੀ ਕਹਿਣਾ ਚਾਹੁੰਦੇ? ਅਸੀਂ ਤਾਂ ਇਹੀ ਕਹਿੰਦੇ ਹਾਂ ਜੀ, ਸਾਡੀ ਬਿਜਲੀ ਜਿਹੜੀ ਬਹਾਲ ਹੋਣੀ ਚਾਹੀਦੀ ਆ, ਜਿਹੜੇ ਬਿਜਲੀ ਤਾਂ ਬਹਾਲ ਹੋ ਜੂਗੀ, ਘਰਾਂ ਦੇ ਵਿੱਚ ਤਾਂ ਪਹਿਲਾਂ ਹੀ ਨੁਕਸਾਨ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ, ਤਾਂ ਜੇ ਬਿਜਲੀ ਆ ਗਈ ਸ਼ਾਇਦ ਨੁਕਸਾਨ ਵੱਧ ਨਹੀਂ ਹੋਜੂਗਾ ਕਿਤੇ, ਕਰੰਟ ਵਗੈਰਾ ਮੀਟਰ ਬਕਸੇ ਉੱਚੇ ਕਰਾਏ ਜਾਣ ਅੱਗੇ ਤੋਂ। ਹੜ੍ਹ ਦੀ ਜਿਹੜੀ ਆ ਸਥਿਤੀ ਆ ਇਹ ਬਹੁਤ ਨਾਜ਼ੁਕ ਆ, ਪਾਣੀ ਜ਼ਿਆਦਾ ਭਰ ਚੁੱਕਿਆ,
ਤੇ ਜਾਨ ਮਾਲ ਦੀ ਰਾਖੀ ਸਰਕਾਰ ਵੱਲੋਂ ਕੀਤੀ ਜਾਵੇ। ਸਰਕਾਰ ਵੱਲੋਂ ਸਾਡੇ ਅਜੇ ਕੋਈ ਸਹੂਲਤ ਨਹੀਂ ਮਿਲੀ ਸਾਨੂੰ, ਕੋਈ ਆਉਂਦੇ ਨਹੀਂ ਇੱਥੇ, ਬਸ ਬੋਰਡ ਲੈਣ ਆਉਂਦੇ ਆ, ਮੁੜ ਕੇ ਕੋਈ ਨਹੀਂ। ਗੁਰਦਾਸ ਜੀ, ਉਹ ਕੈਮਰੇ ਦੇ ਵਿੱਚ ਦਿਖਾਓ ਕਿ ਬੀਬੀਆਂ ਕਿਹੜੇ ਤਰੀਕੇ ਦੇ ਨਾਲ ਬਾਹਰ ਆ ਰਹੀਆਂ। ਸੋ ਇਹ ਹਾਲਾਤ ਨੇ, ਆ ਜਾ ਨਹੀਂ ਕੋਈ ਗੱਲ ਨਹੀਂ ਜੀ, ਆਉਣ ਦਿਓ। ਸਾਡਾ ਇਸ ਟਾਈਮ ਪੂਰਾ ਸਹਿਯੋਗ ਕਰ ਰਿਹਾ, ਜੇਈ ਸਾਹਿਬ ਖੁਦ ਆ ਰਹੇ, ਐਸ ਡੀ ਓ ਸਾਹਿਬ ਵੱਲੋਂ ਪੂਰੀ ਮਦਦ ਕੀਤੀ ਜਾ ਰਹੀ, ਬਿਜਲੀ ਚਾਲੂ ਕਰਾਓ ਜਿੰਨਾ ਏਰੀਆ ਸੁੱਕਾ। ਪਰ ਜੇ ਅਸੀਂ ਦੇਖਦੇ ਹਾਂ ਇੱਥੇ ਫਸਲ ਹੈ, ਮੈਨੂੰ ਨਹੀਂ ਲੱਗਦਾ ਕਿ ਫਸਲ ਨਹੀਂ ਬਚੇਗੀ, 100% ਨੁਕਸਾਨ ਆ ਜੀ, ਕੋਈ ਫਸਲ ਨਹੀਂ ਬਚੂਗੀ। ਇਹ ਸਾਨੂੰ ਸਰਕਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ, ਜਿੰਨਾ ਵੱਧ ਤੋਂ ਵੱਧ ਮੁਆਵਜ਼ਾ। 15,000 ਰੁਪਇਆ ਕਿੱਲੇ ਦੇ ਉੱਤੇ ਖਰਚਾ ਆ ਰਿਹਾ ਇਸ ਟਾਈਮ। ਹੁਣ ਨਾ ਅੰਕੜੇ ਆ ਜਿਹੜੇ ਕੱਲ੍ਹ ਤੱਕ ਦੇ ਸਰਕਾਰ ਨੇ ਬਣਾਇਆ, 1700 ਕਰੋੜ ਰੁਪਏ ਦਾ ਕਹਿੰਦੇ ਨੁਕਸਾਨ ਹੋ ਗਿਆ, ਦਿੱਤੇ ਆ 100 ਕਰੋੜ ਰੁਪਏ, 1600 ਕਰੋੜ ਰੁਪਇਆ ਮੋਦੀ ਕੰਨੀ ਝਾਕੀ ਜਾਂਦੇ। ਮੋਦੀ ਨੇ ਤਾਂ ਪਹਿਲਾਂ ਨਹੀਂ ਕੁਛ ਦਿੱਤਾ, ਹੁਣ ਕੋਈ ਉਮੀਦ ਲੱਗਦੀ ਹੈ? ਮੋਦੀ ਤੋਂ ਕੋਈ ਉਮੀਦ ਨਹੀਂ, ਇਹ ਤਾਂ ਪੰਜਾਬ ਸਰਕਾਰ ਕਰੂਗੀ ਅਤੇ ਪੰਜਾਬ ਨੂੰ ਪੰਜਾਬ ਸਰਕਾਰ ਨੇ ਦੇਣਾ। ਮੋਦੀ ਤੋਂ ਆਸ ਰੱਖਾਂਗੇ ਤਾਂ ਸਾਨੂੰ ਮਿਲਣਾ ਹੀ ਕੁਛ ਨਹੀਂ। ਤੁਸੀਂ ਘਰਾਂ 'ਚੋਂ ਆਏ ਹੋ ਜੀ? ਹਾਂਜੀ ਭਾਜੀ। ਕਿਹੋ ਜਿਹੇ ਹਾਲਾਤ ਹੈ ਉਹ ਤਾਂ ਸਾਨੂੰ ਦਿਸ ਗਏ ਨੇ, ਕੀ ਕਰਨ ਗਏ ਅਸੀਂ ਹੁਣ ਘਰੇ? ਕਿ ਘਰੇ ਟਿਕੇ ਬਾਹਰ ਆਏ ਹਾਂ ਜੀ। ਕਿਵੇਂ, ਚੁਬਾਰਿਆਂ ਦੇ ਉੱਪਰ ਬੈਠੇ ਹੋਏ ਹੋ? ਹਾਂਜੀ ਹਾਂਜੀ ਭਾਜੀ, ਚੁਬਾਰਿਆਂ ਦੇ ਉੱਪਰ ਬੈਠੇ। ਸੋ ਇਹ ਹਾਲਾਤ ਬਣ ਗਏ ਆ ਜੀ ਇੱਥੋਂ ਦੇ। ਬਾਪੂ ਜੀ, ਦੱਸ ਕੇ ਜਾਇਓ ਕਿ ਇਹੋ ਜਿਹਾ ਮਾੜਾ ਸਮਾਂ ਪਹਿਲਾਂ ਵੀ ਆਇਆ ਸਾਡੇ 'ਤੇ ਕਦੇ? ਬਹੁਤ ਵਾਰ ਜੀ, ਪਹਿਲਾਂ ਇਹ 85 ਵਿੱਚ ਆਇਆ ਜੀ, ਉਸ ਤੋਂ ਬਾਅਦ 88 ਵਿੱਚ ਆ ਗਿਆ, ਫਿਰ 93 ਵਿੱਚ ਆ ਗਿਆ, ਫਿਰ 2008 ਵਿੱਚ ਆ ਗਿਆ, ਉਸ ਤੋਂ ਬਾਅਦ ਅੱਜ 2019 ਵਿੱਚ ਆ ਗਿਆ। ਇਹ ਸਮਾਂ ਸਾਡੀ ਉਮਰ ਸਾਰੀ ਇਸੇ ਤਰ੍ਹਾਂ ਲੰਘੀ ਆ, ਕੋਈ ਪ੍ਰਭਾਵ ਸਰਕਾਰਾਂ ਕਿਸੇ ਵਾਸਤੇ ਅੱਜ ਤੱਕ ਦਿੱਤਾ, ਨਾ ਗਰੀਬ ਨੂੰ ਨਾ ਅਮੀਰ ਨੂੰ ਕੋਈ ਸਾਰੇ। ਅਕਾਲੀ ਕਾਂਗਰਸ ਨੂੰ ਅਤੇ ਕਾਂਗਰਸ ਵਾਲੇ ਅਕਾਲੀਆਂ ਨੂੰ, ਆਪ ਵਾਲੇ ਦੋਹਾਂ ਨੂੰ, ਸੁਖਪਾਲ ਸਿੰਘ ਖਹਿਰਾ ਵੀ ਸਾਰਿਆਂ ਨੂੰ ਮਾੜਾ ਕਹੀ ਜਾਂਦਾ, ਕਿਉਂਕਿ ਇਹਨਾਂ ਦੇ ਜਿਹੜੇ ਦੋਹਾਂ ਦੇ ਮੰਗਲਿਆਂ ਦੇ ਨਾਲ ਆਏ, ਇਹਨਾਂ ਦੀ ਸਰਕਾਰ ਨਹੀਂ ਆਈ ਸੀ, ਜਿਹਦੀ ਸਰਕਾਰ ਆਈ ਆ ਉਹਨਾਂ ਨੇ ਕਿਹੋ ਜਿਹੀ ਜ਼ਿੰਮੇਵਾਰੀ ਨਿਭਾਈ? ਇੱਕੋ ਜਿਹਾ ਇੱਕੋ ਰੋਟੀ ਆਪਣੇ ਸੇਕੀ ਆ, ਕਿਸੇ ਨੇ ਨਹੀਂ ਲੋ ਦੇਲਾ, ਇੱਕੋ ਜਿਹਾ ਆਏ, ਕੋਈ ਫਰਕ ਨਹੀਂ ਆ ਕਿਸੇ ਦਾ। ਹਾਂ ਬਸ, ਕੋਈ ਇਹ ਚੱਕਰ ਛੇੜਦੇ ਇੱਕ ਦੂਏ ਦੇ, ਸਰਕਾਰਾਂ ਕੋਈ ਵੀ ਇੱਕੋ ਜਿਹਾ ਆਏ ਆ। ਇਹ ਜੋ ਜਨਤਾ ਆਪਣੇ ਆਪ ਜੋ ਬਚਣਾ ਚਾਹੁੰਦੀ ਆ, ਜੋ ਕਰਦੀ ਆ, ਜਿੰਨਾ ਕਰ ਸਕਦੇ ਆ, ਜੋ ਸਹਿਯੋਗ ਦਿੰਦੇ ਆ, ਕੋਈ ਸਹਿਯੋਗ ਕਿਸੇ ਸਰਕਾਰ ਦਾ ਨਹੀਂ ਹੈਗਾ, ਚਾਹੇ ਸੈਂਟਰ ਆ, ਚਾਹੇ ਪੰਜਾਬ ਆ, ਕੈਬਨਿਟ ਸਾਹਿਬ ਆ, ਬਲ ਸਾਹਿਬ ਆ, ਇੱਕੋ ਜਿਹੀ ਆ, ਕੋਈ ਫਰਕ ਨਹੀਂ ਗਾ। ਅਨਾਜ ਤਾਂ ਸਾਡਾ ਪ੍ਰਭਾਵਿਤ ਹੋ ਗਿਆ ਹੋ ਅੰਦਰ ਹੀ, ਕਿਉਂਕਿ ਢੋਲਾਂ ਦੇ ਵਿੱਚ ਹੀ ਪਿਆ ਪਾਣੀ ਪੈ ਗਿਆ ਹੁਣ ਜੀ। ਬਹੁਤ ਜਿਹੜੇ ਨੀਵੇਂ ਥਾਂ ਵਾ ਉਹਨਾਂ ਦੇ ਬਹੁਤ ਡੁੱਬੇ ਆ, ਕੋਈ ਚੰਗੇ ਥਾਂ ਉੱਥੇ ਤਾਂ ਬੈਠੇ ਆਪਦਾ ਚੱਕ ਲਿਆ, ਸਾਧਨ ਚੱਕ ਲਿਆ ਵਾ, ਬਾਕੀ ਬਹੁਤ ਤੰਗੀ ਆ ਲੋਕਾਂ ਨੂੰ ਪਹੁੰਚਾ। ਕੀ ਕੁਛ ਚੱਕ ਕੇ ਲਿਜਾ ਸਕਦੇ ਹਾਂ ਅਸੀਂ ਇਹੋ ਜਿਹੇ ਮੌਕੇ 'ਚ, ਹੈ ਨਾ ਜੀ? ਨਹੀਂ ਜੀ, ਬਿਲਕੁਲ ਭੰਡ ਆਪਦਾ ਕੀ ਦੱਸਾਂਗੇ, ਘਰੇ ਪਾਣੀ ਛੱਡਾਂਗੇ ਚੋਰ ਚੱਕ ਜਾਣਗੇ, ਅਸੀਂ ਤੈਨੂੰ ਔਖੇ ਹਾਂ। ਹਾਂਜੀ, ਘਰਾਂ ਕੋਠੇ ਦਾ ਦੇਖੋ, ਜਿਹੜੇ ਬੱਚੇ ਬੈਠੇ ਆਰਾਮ ਨਾਲ, ਸਭ ਕੁਝ ਬੜੇ ਪਰੇਸ਼ਾਨੀ ਆ। ਹਾਂਜੀ, ਹੱਲ ਕੀ ਹੋਵੇ ਸਮੱਸਿਆ ਦਾ? ਤੁਸੀਂ 3 ਵਾਰੀ ਤਾਂ ਸਾਨੂੰ ਦੱਸਤਾ, ਇਹ ਪਤਾ ਨਹੀਂ ਕਿੰਨੇ ਵਾਰ ਹੋਰ ਆਇਆ ਅਤੇ ਹੋਰ ਆਊਗਾ। ਵੀਰ ਜੀ, ਬੇਨਤੀ ਆ, ਮੈਂ ਕਿਸੇ ਨਾਲ ਲੈਣਾ ਚਾਹੁੰਦਾ, ਸਾਨੂੰ ਨਹੀਂ ਮੁਆਵਜ਼ੇ ਚਾਹੀਦੇ, ਸਾਡਾ ਬੰਨ ਜੋ ਦਰਿਆ ਖਾਲਿਆ ਜਾਵੇ, ਅਸੀਂ ਰੋਲੋਜ ਸਤਲੁਜ ਜਿਹੜਾ ਦਰਿਆ ਪੈਂਦਾ ਵਾ ਉਹਨੇ ਗੱਡੀ ਵਾਲੇ ਪੁਲ ਦੇ ਨਾਲ ਲੱਗ ਜਾਂਦੀ ਕਲਾਲੀ, ਉਹਦਾ ਕਾਰਨ ਇਹ ਬੰਨ ਟੁੱਟਦਾ ਹਰ ਸਾਲ, ਜਦੋਂ ਹੀ ਟੁੱਟਦਾ। ਸਾਡਾ ਰੇਲਵੇ ਪੁਲ 21 ਖੂਹੀਆਂ ਵਿੱਚ ਆ, 1.25 ਕਿਲੋਮੀਟਰ ਬਣਦਾ ਵਾ, ਸਿਰਫ ਇਸ ਵੇਲੇ 2 ਖੂਹੀਆਂ ਚੱਲਦੀਆਂ, ਬਾਕੀ ਜ਼ਮੀਨ ਸਰ 4 ਫੁੱਟ ਪਾਣੀ ਆ, ਅਤੇ ਉਹਦੀ ਪੁਲ ਦੀ ਮਾਰ ਸਾਰੀ ਜਨਤਾ ਨੂੰ 20 ਪਿੰਡਾਂ ਨੂੰ ਪੈਂਦੀ ਆ ਜੀ। ਉਹਦਾ ਜੇ ਸਾਡਾ ਉਹ ਰਾਜ ਪੁਲ ਖਲਿਆ ਜਾਵੇ, ਸਾਨੂੰ ਸਾਡੇ ਦਾਣੇ ਹੋਣ ਲੱਗ ਪੈਣ, ਦਿਹਾੜੀਦਾਰ ਵੀ ਰੋਟੀ ਕਰਕੇ ਆਪਣੇ ਕਮਾ ਸਕਦਾ। ਅਸੀਂ ਕੋਈ ਆਸ ਨਹੀਂ ਚਾਹੁੰਦੇ, ਮੰਗਦੇ ਕਿ ਸਰਕਾਰ ਕੋਲ ਸਾਡੀ ਇਹ ਮੰਗਾਂ, ਸਾਡੇ ਆ ਜਿਹੜਾ ਦਰਿਆ ਡੂੰਘਾ ਕਰ ਦਿਓ ਅਤੇ ਸਾਡੀਆਂ ਬੰਨ ਕਾਇਮ ਕਰ। ਦਰਿਆ ਤਾਂ ਡੂੰਘਾ ਕਰੀ ਜਾਂਦੇ ਲੀਡਰ, ਉਹ ਭਰ ਕੇ ਲੈ ਜਾਂਦੇ ਟਰਾਲੀ ਜਾਂਦੇ ਜੀ। ਭਾਅ ਜੀ, ਅਸੀਂ ਇੱਕ ਪਰਸੋਂ ਚੌਂ ਜੀ ਇੱਕ ਖਬਰ, ਮਿੱਟੀ ਆਪ ਪਾਉਂਦੇ ਹਾਂ, ਇੱਕ ਉਬਰ ਸੀ ਰਹਾ, ਉਹਨੇ ਵੀਡੀਓ ਬਣਾਈ, ਨਿਕਲ ਗਿਆ ਬਹਿ ਕੇ, ਉਹ ਕਿਹਦੇ ਆਪਦੇ ਖਾਤੇ ਪੈਸੇ ਪਹੁੰਚਾਉਣੇ ਉਹਨੇ। ਬਾਈ ਜੀ, ਤੁਹਾਡਾ ਇਹੀ ਪਿੰਡ ਹੈ? ਹਾਂਜੀ।
ਸੋ ਕਿੰਨਾ ਕੁ ਨੁਕਸਾਨ ਹੈ ਇਹ ਇਹਦੀ ਤਾਂ ਮੇਰੇ ਖਿਆਲ 'ਚ ਗੱਲ ਕਰਨੀ ਹੀ ਨਹੀਂ ਬਣਦੀ। ਅਸੀਂ ਦੇਖਦੇ ਹਾਂ ਕਿ ਲੱਖ ਲੱਖ ਤੱਕ ਜਿਹੜੇ ਆ ਸਰੀਰ ਭਿੱਜੇ ਹੋਏ ਆ ਜਿਹੜੇ ਅੰਦਰ ਤੱਕ ਪਾਣੀ ਆ ਭਾਜੀ। ਪਿਛਲੀ ਸਾਈਡ ਤੁਸੀਂ ਜਾ ਕੇ ਦੇਖਿਓ ਜਾਂ ਤੁਹਾਡੇ ਹੋਣਾ ਵੱਲ ਇੱਥੋਂ ਨਾਲੋਂ 10 ਫੁੱਟ ਨੀਵੇਂ ਆ ਪਿਛਲੇ ਰੇਲਵੇ ਕੁਆਟਰ, ਉਹ ਡੁੱਬੇ ਪਏ ਆ ਉੱਥੇ, ਇਹਨਾਂ ਦਾ ਪਾਣੀ ਆ ਮਤਲਬ ਸਿਰੋਂ ਤਾਂ ਸਾਡੇ ਪਾਣੀ ਆ। ਉੱਥੇ ਜਿਹੜੇ ਬੰਦੇ ਸੀਗੇ ਉੱਪਰ ਬੈਠੇ ਆ, ਉਹਨਾਂ ਕੋਲ ਕੋਈ ਰਾਸ਼ਨ ਨਹੀਂ ਪਹੁੰਚਿਆ ਹੈਗਾ, ਠੀਕ ਆ, ਬੈਠੇ ਆ। ਪਰਸੋਂ ਦਾ ਬਹੁਤ ਤੰਗੀ, ਬਹੁਤ ਪ੍ਰੋਬਲਮ ਚੱਲਣ ਡਿਆ ਗਰਮੀ ਵਿੱਚ, ਨਾ ਕੋਈ ਪ੍ਰਸ਼ਾਸਨ ਆਉਣ ਡਿਆ, ਨਾ ਕੋਈ ਕੋਈ ਵੀ ਨਹੀਂ ਆ ਰਿਹਾ ਇੱਥੇ। ਰੇਲਵੇ ਟਰੈਕ ਦੇ ਉੱਪਰੋਂ ਦੀ ਪਾਣੀ ਆ ਰਿਹਾ ਲਗਾਤਾਰ ਚੱਲ ਰਿਹਾ ਵਾ, ਕੱਲ੍ਹ ਰਾਤ ਦਾ ਚੱਲ ਰਿਹਾ, ਠੀਕ ਆ, 1:30 ਵਜੇ ਰਾਤੀ ਪਾਣੀ ਇੱਧਰੋਂ ਆ ਗਿਆ ਸੀਗਾ, ਠੀਕ ਆ। ਇੱਥੇ ਪਾਣੀ ਬਹੁਤ ਜ਼ਿਆਦਾ ਵਾ, ਪਿੱਛੇ ਬਹੁਤ ਨੁਕਸਾਨ ਹੋਇਆ ਫਸਲਾਂ ਦਾ, ਇੱਧਰ ਨੁਕਸਾਨ ਹੋਇਆ ਪਿੱਛੇ, ਉੱਧਰ ਪਿੱਛੇ ਨਹੀਂ ਕੋਈ ਪਹੁੰਚ ਰਿਹਾ ਹੈਗਾ। ਇਹਦੇ ਬਾਅਦ ਵਿੱਚ ਸਾਰੇ ਰੋਟੀ ਵਗੈਰਾ ਕੁਛ ਆ ਰਹੀ ਆ ਲੰਗਰ, ਰੋਟੀ ਇੱਥੇ ਤੱਕ ਆ ਰਹੀ, ਕਿਸੇ ਕਿਸੇ ਨੂੰ ਮਿਲ ਰਹੀ, ਕਿਸੇ ਨੂੰ ਨਹੀਂ ਮਿਲ ਰਹੀ ਹੈਗੀ ਅਸਾਂ, ਤਾਂ ਮਤਲਬ ਪਿੱਛੇ ਉੱਧਰ ਡੇਰੇ ਨਹੀਂ ਕੋਈ ਪਹੁੰਚਿਆ ਹੈਗਾ, ਉੱਥੇ ਪਾਣੀ ਬਹੁਤ 15-20 ਫੁੱਟ ਪਾਣੀ ਹੈਗਾ ਵਾ। ਪਹਿਲਾਂ ਸਾਰੇ ਕਿਸੇ ਨੇ ਪੁੱਛਿਆ ਨਹੀਂ, ਹੁਣ ਸਾਰੇ ਤਮਾਸ਼ਾ ਦੇਖਦੇ ਆ ਜੀ ਆ ਕੇ ਇੱਥੇ, ਠੀਕ ਆ। ਨਾਲੇ ਇਹ ਸਮੱਸਿਆ ਪਹਿਲੀ ਵਾਰ ਨਹੀਂ ਆਈ, ਤਾਂ ਹਰੇਕ ਵਾਰ ਆਉਂਦੀ ਆ, 2-4 ਸਾਲਾਂ ਬਾਅਦ ਆ ਜਾਂਦੀ। ਪਹੁੰਚਦਾ ਇੱਥੇ ਮਾੜਾ, ਕੋਈ ਨਹੀਂ ਪਹੁੰਚਦਾ ਸਾਡੀ ਸਮੱਸਿਆ ਸੁਣਨ ਵਾਸਤੇ, ਸਭ ਇੱਦਾਂ ਜਦੋਂ ਦੁੱਖ ਪੈਂਦਾ ਕੋਈ ਲੱਗ। ਇੱਥੇ ਜੇ ਪਾਣੀ ਲੱਥ ਜਾਂਦਾ ਵਾ ਸਾਨੂੰ, ਕੱਲ੍ਹ ਨੂੰ ਵੋਟਾਂ ਲੈਣ ਨੂੰ ਇੱਥੇ MLA ਵਗੈਰਾ ਵਗੈਰਾ ਜਿੰਨੇ ਵੀ ਮੰਤਰੀ ਆ ਸਾਰੇ ਖੜੇ ਹੋ ਜਾਣੇ ਆ, ਉਹਨਾਂ ਨੇ ਹੱਥ ਜੋੜਨੇ, ਅੱਜ ਅਸੀਂ ਹੱਥ ਜੋੜ ਕੇ ਮਜਬੂਰੀਆਂ ਦੀਆਂ ਪੂਰੀਆਂ ਕਰਨ ਡੇ, ਸਾਨੂੰ ਅੱਗੇ ਦੇਖਣ ਵੋਟਾਂ ਦੀ ਆ, ਹੋਰ ਸਾਡੇ ਤੱਕ ਕੋਈ ਨਹੀਂ ਪਹੁੰਚ। ਸੁਣ ਲਓ, ਨਾ ਕੋਈ ਤਰਪਾਲ ਆ, ਨਾ ਕੋਈ ਇਹਨਾਂ ਕੋਲ ਨਿਆਣਿਆਂ ਨੂੰ ਕੋਈ ਦੁੱਧ ਵਾ, ਛੋਟੇ ਬੱਚੇ ਜਿਹੜੇ ਉਹ ਵਿਚਾਰੇ ਵਿਲਕਣ ਡਿਆ ਉੱਤੇ, ਬੀਬੀਆਂ ਬੈਠੀਆਂ ਜਾ ਕੇ ਦੇਖੋ। ਇੱਦਾਂ ਪਾਣੀ ਦਾ ਨੁਕਸਾਨ ਹੋ ਚੁੱਕਿਆ, ਹੁਣ ਹੀ ਪਿੱਛੋਂ ਪਾਣੀ ਰੁਕ ਜਾਵੇ ਕੁਛ, ਹੁਣ ਅੱਗੇ ਤਾਂ ਕੋਈ ਕਿਸੇ ਦਾ ਕੋਈ ਫਾਇਦਾ ਹੋ ਜਾਵੇ। ਪਾਣੀ ਤੇਜ਼ ਹੋ ਰਿਹਾ ਭਾਜੀ, ਸਵੇਰ ਨਾਲੋਂ ਭਾਜੀ 3 ਫੁੱਟ ਪਾਣੀ ਵੱਧ ਚੁੱਕਾ ਹੈਗਾ ਸਵੇਰ ਨਾਲੋਂ। ਹਾਂਜੀ, ਅਸੀਂ ਜਾਣ ਦਾ ਯਤਨ ਕਰਦੇ ਹਾਂ ਜੀ, ਦੇਖਦੇ ਹਾਂ ਕਿੱਥੋਂ ਤੱਕ ਪਹੁੰਚਣ 'ਚ ਸਫਲ ਹੁੰਦੇ ਹਾਂ ਇਹਨਾਂ ਸੱਜਣਾਂ ਦੇ ਨਾਲ। ਗੁਰਦਾਸ ਆਹ ਤੁਸੀਂ ਦੇਖ ਰਹੇ ਹੋ ਜਿਹੜਾ ਪਿੱਛੇ ਵੀ ਕਿਹੜੇ ਹਾਲਾਤਾਂ ਦੇ ਵਿੱਚ ਲੋਕ ਆ ਰਹੇ ਆ, ਅਸੀਂ ਜਾਣ ਦਾ ਯਤਨ ਕਰਦੇ ਹਾਂ ਜੀ ਕੁਛ ਕੁ ਘਰਾਂ ਦੇ ਵਿੱਚ, ਕਿਉਂਕਿ ਇੱਥੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਇੱਕ ਪਰਿਵਾਰ ਦੇ ਵਿੱਚ ਮੌਤ ਵੀ ਹੋ ਚੁੱਕੀ। ਬਾਪੂ ਜੀ, ਇੱਥੇ ਜਿਹੜੀ ਮੌਤ ਹੋਈ ਹੈ, ਕਹਿੰਦੇ ਉਹਨਾਂ ਨੂੰ ਸੰਸਕਾਰ ਵਾਸਤੇ ਥਾਂ ਵੀ ਨਹੀਂ ਲੱਭੀ ਸੁੱਕੀ ਕਿਤੇ, ਉਹਨਾਂ ਸੜਕ 'ਤੇ ਕੀਤਾ ਸੰਸਕਾਰ, ਦਿਖਾਇਆ ਵੀ ਗਿਆ ਸੜਕ 'ਤੇ ਕੀਤਾ, ਸੜਕ 'ਤੇ ਉਹਨਾਂ ਨੇ ਇੱਥੇ ਨਹੀਂ ਕੀਤਾ, ਵਿਚਾਰੇ ਆ ਵਿਆ ਫਿਰਦੇ ਬੰਦੇ ਇੱਥੇ ਹੀ, ਕੋਈ ਥਾਂ ਨਹੀਂ ਲੱਭਾ, ਪਾਣੀ ਇੰਨਾ ਆ ਗਿਆ ਸਵੇਰ ਤੋਂ ਪੈਣ ਲੱਗ ਪਿਆ, ਲੋਕਾਂ ਕੋਲ ਸਮਾਨ ਨਹੀਂ ਚੱਕ ਹੋਇਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਆਪਦੇ ਕੋਈ ਬੱਚੇ ਕਿਤੇ ਬਚਾਉਂਦਾ, ਕੋਈ ਕਿਤੇ ਬਚਾਉਂਦਾ, ਆਹ ਵਿਚਾਰੇ ਲੋਕ ਹੁਣ ਰੋਟੀ ਪਾਣੀ ਕਰਕੇ ਬਾਹਰ ਨੂੰ ਆਉਂਦੇ ਜਾਂ ਦਾ ਸਮਾਨ ਚੱਕੀ ਆਉਂਦੇ ਆ, ਇਹਨਾਂ ਦਾ ਕੋਈ ਹਾਲ ਨਹੀਂ, ਕੋਈ ਪ੍ਰਸ਼ਾਸਨ ਨੇ ਇੱਥੇ ਕੋਈ ਮਦਦ ਨਹੀਂ ਕੀਤੀ, ਪੁੱਛਿਆ ਤੱਕ ਨਹੀਂ, ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਭੱਜੇ ਆਉਂਦੇ ਸਾਰੇ, ਅਤੇ ਜਦੋਂ ਨਹੀਂ ਵੋਟਾਂ ਲੈਣੀਆਂ ਹੁੰਦੀਆਂ ਲੈ ਕੇ ਚੱਲ ਜਾਂਦੇ ਬਣ ਕੇ ਮੰਤਰੀ, ਮੁੜ ਕੇ ਇੱਥੇ ਕੋਈ ਨਹੀਂ ਵੜਦਾ, ਆਹ ਲੋਕਾਂ ਦਾ ਇੰਨਾ ਕੁ ਮੰਦਾ ਹਾਲ ਹੋ ਚੁੱਕਾ। ਜਾ ਕੇ ਬੀਬੀਆਂ ਤੁਸੀਂ ਕੋਠਿਆਂ ਦੇਖੋਗੇ ਨਾ, ਇੱਕ ਰੋਂਦੀਆਂ ਨਹੀਂ ਸਿਰਫ, ਅਤੇ ਉਹ ਵਿਚਾਰੀਆਂ ਇੰਨੀਆਂ ਔਖੀਆਂ, ਬਾਹਰ ਬਹਿਣ ਤੋਂ ਲੈਟਰਿੰਗ ਬਾਥਰੂਮ ਕੋਈ ਨਹੀਂ ਉਹਨਾਂ ਕੋਲ, ਉਹ ਪਤਾ ਨਹੀਂ ਕਿੱਦਾਂ ਆਪਦਾ ਟਾਈਮ ਪਾਸ ਕਰਦੀਆਂ, ਇੱਧਰ ਨੂੰ ਰੋ 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 ਨਹੀਂ ਆਹ ਸੜਕਾਂ ਨਾ, ਇਹ ਗੱਲ ਆ ਇੱਥੇ ਆ ਦੇਖੋ ਕੀ ਇਹਨਾਂ ਦਾ ਹਾਲ ਆ ਵਿਚਾਰਿਆਂ ਦਾ, ਉਹ ਵੇਲੇ ਉੱਤੇ ਖੜੇ, ਨਾ ਕੋਈ ਪਾਣੀ ਨਾ ਕੋਈ ਧਾਣੀ। ਤੁਸੀਂ ਕਿੱਧਰੋਂ ਆ ਰਹੇ ਹੋ ਜੀ? ਪਾਣੀ 'ਚੋਂ ਆ ਰਹੇ ਜੀ, ਪਾਣੀ ਬਹੁਤ ਆ ਜੀ। ਆ ਖੁੰਡਾ ਕਾਹਦੇ ਵਾਸਤੇ ਚੱਕਿਆ? ਖੜਕਾਇਆ ਕਰੋ ਨਾ, ਕਦੇ ਲੀਡਰ ਆਉਂਦੇ ਆ ਫਿਰ ਲੋੜ ਪੈਂਦੀ। ਠੀਕ ਹੈ ਜੀ, ਅੱਜ ਤਾਂ ਵਕਤ ਪਿਆ ਤੁਹਾਡੇ ਵਾਸਤੇ, ਕੋਈ ਨਹੀਂ ਖੜਿਆ ਆ ਕੇ? ਹਾਂਜੀ, ਨਹੀਂ ਕੋਈ ਨਹੀਂ ਆਇਆ ਜੀ, ਫਿਰ ਕਦੇ ਸਾਨੂੰ ਇਹ ਖੁੰਡੇ ਖੜਕਾਉਣੇ ਪੈਣੇ। ਪਾਣੀ ਆ ਤਾਰੂ ਹੋ ਗਿਆ ਹੁਣ। ਕਿੱਥੇ ਜੇ? 20 'ਚ, ਹਾਗਰੀ 20 'ਚ, 20 ਦੇ ਵਿੱਚ ਜੀ। ਸੋ ਇਹੋ ਜਿਹੇ ਹਾਲਾਤ ਤੁਸੀਂ ਦੇਖ ਰਹੇ ਹੋ ਜੀ। ਇਹ ਇੱਕ ਪਿੰਡ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ, ਇੱਥੋਂ ਹਜੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਸਤਲੁਜ ਦਰਿਆ ਦੇ ਨੇੜਲਾ ਇਲਾਕਾ ਉੱਥੇ ਇਹ ਸ਼ੁਰੂਆਤ ਹੈ, ਅਤੇ ਅੱਗੇ ਜਾ ਕੇ ਕਿਹੋ ਜਿਹੇ ਹਾਲਾਤ ਹੋਣਗੇ ਅਸੀਂ ਸੋਚ ਸਕਦੇ ਹਾਂ। ਕਿਉਂ ਨਹੀਂ ਬੰਦੋਬਸਤ ਕੀਤੇ ਜਾਂਦੇ, ਕਿਉਂ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਸਿਰਫ ਅਤੇ ਸਿਰਫ ਗੱਲੀ ਬਾਤੀ। ਔਰ ਹੁਣ ਜਿਹੜੇ ਅੰਕੜੇ ਆ, ਮੈਂ ਰਾਤ ਦਾ ਜਦੋਂ ਦਾ ਇਹ ਅੰਕੜਾ ਸੁਣਿਆ ਕਿ 1700 ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦੇ ਵਿੱਚ ਹੈ, ਪਰ ਪੰਜਾਬ ਸਰਕਾਰ ਨੇ 100 ਕਰੋੜ ਰੁਪਇਆ ਦੇ ਕੇ ਬੂਤਾ ਸਾਰਨ ਦਾ ਯਤਨ ਕੀਤਾ। ਸੋ ਤੁਸੀਂ ਸੋਚ ਸਕਦੇ ਹੋ ਜੀ ਕਿ 3-3 ਫੁੱਟ ਦਾ ਪਾਣੀ ਦਾ ਜਿਹੜਾ ਬੰਦੋਬਸਤ ਆ ਉਹ ਇੱਥੇ ਹੈ, ਔਰ
ਇਹ ਕਿਹਨੇ ਕੀਤਾ ਬੰਦੋਬਸਤ ਤੁਸੀਂ ਸੋਚ ਹੀ ਸਕਦੇ ਹੋ। ਬਹੁਤ ਸਾਰੇ ਸਵਾਲ ਵੱਖ ਵੱਖ ਮੀਡੀਆ ਹਾਊਸਿਸ ਦੇ ਜ਼ਰੀਏ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ, ਪਰ ਜਦੋਂ ਅਸੀਂ ਗਰਾਊਂਡ ਦੇ ਉੱਤੇ ਆ ਕੇ ਇਹਨਾਂ ਲੋਕਾਂ ਨਾਲ ਜੁੜ ਕੇ ਦੇਖਦੇ ਹਾਂ, ਇਹਨਾਂ ਨੇ ਕੁਛ ਨਹੀਂ ਲੈਣਾ ਕਿਹੜੀ ਸਰਕਾਰ ਆਈ ਹੈ। ਇਹਨਾਂ ਦਾ ਮਸਲਾ ਤਾਂ ਇਸ ਗੱਲ ਦੇ ਨਾਲ ਹੈ ਕਿ ਸਾਡਾ ਜਿਹੜਾ ਹਰੇਕ ਸਾਲ ਜਾਂ ਜਦੋਂ ਵੀ ਕਿਤੇ ਹੜ੍ਹ ਆਉਂਦੇ ਆ, ਪਹਿਲਾਂ ਤਾਂ ਅਸੀਂ ਸੋਕਾ ਹੁੰਦਾ ਜਦੋਂ ਉਦੋਂ ਜੱਗ ਕਰੀ ਜਾਂਦੇ ਕਿ ਮੀਂਹ ਪਵੇ, ਜਦੋਂ ਮੀਂਹ ਪੈ ਜਾਂਦਾ ਉਦੋਂ ਸਾਨੂੰ ਸਮੱਸਿਆ ਹੁੰਦੀ ਹੈ ਕਿ ਅਸੀਂ ਜਾਈਏ ਤਾਂ ਕਿੱਧਰ ਜਾਈਏ। ਆਹ ਤੁਸੀਂ ਦੇਖ ਸਕਦੇ ਹੋ ਲੱਖਾਂ ਰੁਪਇਆ ਲੈ ਕੇ ਪਾਇਆ ਹੋਇਆ ਘਰ ਹੈ ਔਰ ਇਹਦੇ ਵਿੱਚ 3-3 ਫੁੱਟ ਦੇ ਕਰੀਬ ਇੱਕ ਘਰ ਦੇ ਵਿੱਚ ਪਾਣੀ ਹੈ। ਬਾਕੀ ਜਿਹੜੇ ਅੱਗੇ ਆ ਉਹ ਸਾਨੂੰ ਪਿੰਡ ਵਾਲੇ ਸੱਜਣ ਦੱਸਦੇ ਆ ਕਿ ਉਸ ਜੇ ਗਾਂਹ ਜਾਓਗੇ ਤਾਂ ਪਾਣੀ ਹੈ ਜਿਹੜਾ ਉਹ ਹੋਰ ਵੀ ਵੱਧ ਹੈ, ਇਸ ਕਰਕੇ ਅਸੀਂ ਉੱਥੋਂ ਤੱਕ ਜਾਣ ਦਾ ਯਤਨ ਕਰਾਂਗੇ ਜਿੱਥੋਂ ਤੱਕ ਪ੍ਰੋਪਰ ਕਵਰੇਜ ਹੋ ਸਕਦੀ ਹੈ, ਕਿਉਂਕਿ ਜਿੰਨਾ ਡੂੰਘਾ ਜਾਵਾਂਗੇ ਉੱਥੇ ਨੁਕਸਾਨ ਵੀ ਹੋ ਸਕਦਾ ਹੈਗਾ ਕੈਮਰੇ ਵਗੈਰਾ ਦਾ। ਅਤੇ ਇਸ ਕਰਕੇ ਤੁਸੀਂ ਇਹ ਦੇਖੋ ਕਿ ਇਹ ਘਰ ਜਿੱਥੇ ਅਸੀਂ ਪਾਣੀ ਦਾ ਛਿੱਟਾ ਤੱਕ ਨਹੀਂ ਦਿੰਦੇ ਉਹ ਉੱਥੇ ਹਾਲਾਤ ਹੈ ਜਿਹੜੇ ਉਹ ਆਹ ਜਿਹੜੇ ਹਾਲਾਤ ਹੈ ਇਹ ਸਭ ਦੇ ਸਾਹਮਣੇ ਆ ਔਰ ਆਹ ਦੇਖੋ ਕਿੰਨਾ ਬੁਰਾ ਹਾਲ ਇੱਕ ਘਰ ਦਾ। ਘਰ ਦੇ ਮਾਲਕ ਤਾਂ ਸ਼ਾਇਦ ਛੱਤ ਦੇ ਉੱਤੇ ਹੋਣਗੇ, ਅਸੀਂ ਜਾਣਨ ਦਾ ਯਤਨ ਕਰਦੇ ਹਾਂ ਜੇ ਛੱਤ ਦੇ ਉੱਤੇ ਹੋਏ ਤਾਂ ਉਹਨਾਂ ਦਾ ਹਾਲ ਕੀ ਹੈ, ਜਿੱਥੇ ਕੰਮ ਪਾਣੀ ਦੀ ਇੱਕ ਬੂੰਦ ਨਹੀਂ ਅਸੀਂ ਡੁੱਲਣ ਦਿੰਦੇ ਹੁੰਦੇ ਫਾਲਤੂ ਕੇ ਨੁਕਸਾਨ ਨਾ ਹੋ ਜਾਵੇ ਤਿਲਕ ਨਾ ਜਾਈਏ, ਉੱਥੇ ਇਹ ਘਰ ਕਿੰਨਾ ਸੋਹਣਾ ਬਣਿਆ ਹੋਇਆ। ਪਰ ਹਾਲਾਤ ਕਿੰਨੇ ਮਾੜੇ ਨੇ ਕਿ ਅੱਜ ਘਰ ਦੇ ਵਾਸੀ ਆ ਜਿਹੜੇ ਉਹਨਾਂ ਨੂੰ ਆਸੇ ਪਾਸੇ ਹੋਣਾ ਪੈ ਰਿਹਾ। ਸੋ ਯਤਨ ਕਰਦੇ ਹਾਂ ਬਾਈ ਗੁਰਦਾਸ ਹੋਰਾਂ ਦੇ ਨਾਲ ਕਿ ਉੱਪਰ ਛੱਤ ਦੇ ਉੱਤੇ ਪਰਿਵਾਰਕ ਮੈਂਬਰ ਹੋਣ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸਮੱਸਿਆਵਾਂ ਤਾਂ ਸਾਰਿਆਂ ਦੀਆਂ ਇੱਕੋ ਜਿਹੀਆਂ ਆ, ਘੱਟ ਨਹੀਂ ਆ ਕਿਸੇ ਦੀਆਂ। ਇਹ ਤੁਸੀਂ ਦੇਖ ਹੀ ਰਹੇ ਹੋ ਜੀ ਬਹੁਤ ਸਾਰੇ ਘਰ ਹੈ ਕਿਉਂਕਿ ਸਾਰਾ ਪਿੰਡ ਹੀ ਡੁੱਬਿਆ ਹੋਇਆ ਔਰ ਜਿਵੇਂ ਜਿਵੇਂ ਅੰਦਰ ਨੂੰ ਜਾਵਾਂਗੇ ਦੱਸ ਦਿਆ ਕਿ ਪਾਣੀ ਦੀ ਮਾਰ ਓਨੀ ਹੀ ਵੱਧ ਹੈ ਔਰ ਇਸ ਸਥਿਤੀ ਦੇ ਵਿੱਚ ਇਹਨਾਂ ਲੋਕਾਂ ਨੇ ਕਿਵੇਂ ਸਰਵਾਈਵ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ। ਛੱਤਾਂ ਦੇ ਉੱਤੇ ਪੇਟੀਆਂ, ਕਣਕ ਵਾਲੇ ਡਰੰਮ, ਢੋਲ ਜਾਂ ਹੋਰ ਜਿਹੜੇ ਮਹਿੰਗੇ ਅਪਲਾਇੰਸ ਸਾਰੇ ਬਾਹਰ ਕੱਢ ਕੇ ਰੱਖੇ ਹੋਏ ਆ, ਆਹ ਜੁਗਾੜ ਕਰਕੇ ਤਰਪਾਲਾਂ ਪਾਈਆਂ। ਪਤਾ ਇਹ ਵੀ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਕੁਛ ਨਹੀਂ ਦਿੱਤਾ ਹਜੇ ਤੱਕ, ਹੋ ਸਕਦਾ ਜਦੋਂ ਤੱਕ ਥੋੜ੍ਹੀ ਜਿਹੀ ਰਾਹਤ ਮਿਲੇ ਉਦੋਂ ਤੱਕ ਸਥਿਤੀ ਸੁਖਾਵੀ ਬਣ ਜਾਵੇ ਜਾਂ ਨੋਰਮਲ ਹੋ ਜਾਵੇ, ਪਰ ਉਮੀਦ ਨਹੀਂ ਕੀਤੀ ਜਾ ਸਕਦੀ। ਹਜੇ ਕਿਹਾ ਜਾ ਰਿਹਾ ਕਿ ਪਾਣੀ ਹੋਰ ਵੀ ਆਉਣਾ ਔਰ ਇਸ ਪਿੰਡ ਦੇ ਵਿੱਚ ਪਾਣੀ ਦਾ ਵਹਾਅ ਲਗਾਤਾਰ ਹੀ ਵੱਧ ਰਿਹਾ। ਮਿਲਦੇ ਹਾਂ ਅੱਗੇ ਜਾ ਕੇ ਹੋਰ ਲੋਕਾਂ ਨੂੰ ਅਤੇ ਸਮੱਸਿਆ ਕਿਹੋ ਜਿਹੀ ਹੈ ਇਸ ਪਿੰਡ ਵਾਲਿਆਂ ਦੀ ਉਹ ਵੀ ਜਾਣਨ ਦਾ ਯਤਨ ਕਰਦੇ ਹਾਂ। ਇਹ ਸਾਡੇ ਨਾਲ ਮੈਂਬਰ ਪੰਚਾਇਤ ਵੀ ਨੇ ਇਸੇ ਬਸਤੀ ਦੇ ਨੇ ਔਰ ਨਾਲ ਪਰਿਵਾਰਕ ਲੋਕ ਜਿਨ੍ਹਾਂ ਦੇ ਘਰ ਨੇ ਉਹਨਾਂ ਨੂੰ ਦੇਖ ਲਓ, ਘਰਾਂ ਦੇ ਵਿੱਚ ਰਹਿਣ ਦੇ ਵਾਸਤੇ ਮਜਬੂਰ ਹੋਣਾ ਪੈ ਰਿਹਾ। 3-4 ਫੁੱਟ ਪਾਣੀ ਇੱਥੇ ਇਸ ਵਕਤ ਦਾ ਜਿਹੜਾ ਲਗਾਤਾਰ ਵੱਧ ਰਿਹਾ ਜੀ। ਪਾਣੀ ਇਹ ਪਾਣੀ ਆ ਤੁਹਾਡੇ ਕੋਲ? ਆਹੋ, ਅਸੀਂ ਡੁੱਬੇ ਤਾਂ ਅੱਜ ਫਿਰਦੇ, ਕੱਲ੍ਹ ਨੂੰ ਅਸੀਂ ਕੀ ਕਰਾਂਗੇ? ਜੋ ਅੱਜ ਸਾਡੇ ਪਿੰਡ ਦਾ ਮਾਹੌਲ ਹੈਗਾ ਬੜਾ ਖਰਾਬ ਆ, ਨਾ ਕੋਈ ਖਾਣ ਨੂੰ ਨਾ ਕੁਛ ਪੀਣ ਨੂੰ, ਭੁੱਖੇ ਬੱਚੇ ਸਿਆਣੇ ਬੁੱਢੇ ਬਜ਼ੁਰਗ ਸਭ ਬੈਠੇ, ਲੋਕੀ ਤਾਂ ਛੱਤਾਂ ਤੇ ਬੈਠੇ, ਤੁਸੀਂ ਪਾਣੀ ਦੇ ਵਿੱਚ ਕਿਉਂ? ਪਾਣੀ ਪੀਣ ਲਈ ਮਿਲਿਆ ਨਹੀਂ ਸੀ, ਪਾਣੀ ਵਾਸਤੇ ਆਏ ਦੇਖ ਕੇ, ਉਹ ਤੋਂ ਕੋਠੇ ਤੋਂ ਵੇਖਿਆ ਸੀ ਵੀ ਪਾਣੀ ਆ ਰਿਹਾ ਵਾ, ਗੱਲਾਂ ਸੁਣੀਆਂ ਸੀ। ਇਹ ਪਾਣੀ ਪੀਣ ਵਾਲਾ ਪਾਣੀ ਵੀ ਬਾਹਰੋਂ ਹੁਣ ਤੁਹਾਡੇ ਕੋਲ ਆ ਰਿਹਾ, ਟੈਂਕੀਆਂ ਦਾ ਖਾਲੀ ਹੋ ਗਿਆ ਹੁਣ? ਹਾਂਜੀ ਉਹ ਤਾਂ ਹੋ ਗਿਆ ਖਾਲੀ। ਹਾਂਜੀ, ਕੋਈ ਤਾਂ ਇੰਨੇ ਗਰੀਬ ਆ, ਕਿਸੇ ਦੇ ਘਰ 'ਚ ਟੈਂਕੀ ਹੈ ਨਹੀਂ, ਜਿਹਦੇ ਘਰ ਹੋਊਗੀ ਉਹਦਾ ਤਾਂ ਸਰਦਾ ਹੋਊਗਾ, ਪਰ ਕਈ ਘਰ ਇੰਨੇ ਗਰੀਬ ਆ, ਕਈਆਂ ਦੇ ਘਰ 'ਚ ਟੈਂਕੀ ਨਹੀਂ ਹੈਗੀ ਅਤੇ ਮੋਟਰ ਲਾਈਟ ਵਗੈਰਾ ਬਿਲਕੁਲ ਹੈ ਨਹੀਂ ਗੀ, ਕਿੱਥੋਂ ਪੀਵਾਂਗੇ ਪਾਣੀ? ਅਤੇ ਰੋਟੀ ਆ ਗਈ ਆ ਤੁਹਾਡੇ ਕੋਲ ਹੁਣ? ਖਾਣਾ, ਹਾਂਜੀ ਰੋਟੀ ਤਾਂ ਆਈ ਸੀ, ਹਾਂਜੀ ਰੋਟੀ ਆਈ ਸੀ। ਅਤੇ ਸਰਕਾਰ ਵੱਲੋਂ ਕੋਈ ਆਇਆ ਹੋਵੇ? ਕੁਛ ਨਹੀਂ ਆਇਆ, ਕਿਸੇ ਦੇ ਪਿੰਡ 'ਚੋਂ ਕੋਈ ਖਾਣਾ ਲੈ ਕੇ ਆਏ ਸੀ, ਉਹ ਵੀ ਹੁਣ ਮਿਲਿਆ ਸੀ ਅੱਧਾ ਘੰਟਾ ਪਹਿਲਾਂ, ਸਵੇਰ ਦੇ ਭੁੱਖੇ ਬੈਠੇ ਸੀ।
ਸੋ ਇਹ ਹਾਲਾਤ ਹੈ ਜੀ, ਇੱਕ ਪਿੰਡ ਦੀ ਅਸੀਂ ਇਹ ਗੱਲ ਕਰ ਰਹੇ ਹਾਂ। ਗੁਰਦਾਸ ਜੀ, ਇਦੋਂ ਅੱਗੇ ਨਾ ਜਾਇਓ ਕਿਉਂਕਿ ਰਿਸਕ ਹੈਗਾ, ਜਿੱਥੇ 5 ਫੁੱਟ ਦੇ ਕਰੀਬ ਪਾਣੀ ਆ ਗਿਆ। ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਸ਼ੋਟ, ਜੇ ਅਸੀਂ ਦਿਖਾਈਏ ਤਾਂ ਕਿਵੇਂ ਪੌੜੀਆਂ ਲਾ ਕੇ ਲੋਕ ਛੱਤਾਂ 'ਤੇ ਖੜ੍ਹੇ ਨੇ, ਔਰ ਇੱਕ ਪਾਸੇ ਪਾਣੀ ਹੈ ਜਿਹੜਾ ਉਹ ਸਾਨੂੰ ਡੋਬ ਰਿਹਾ, ਪਰ ਪੀਣ ਵਾਲਾ ਪਾਣੀ ਹੈ ਜਿਹੜਾ ਉਹਦੀ ਕਿੱਲਤ ਹੈ। ਆਹ ਨੌਜਵਾਨਾਂ ਦੇ ਹੱਥਾਂ 'ਚ ਬੋਤਲਾਂ ਜਿਹੜੀਆਂ, ਇਹ ਮੇਨ ਸੜਕ ਦੇ ਉੱਤੇ ਕੋਈ ਸੰਸਥਾ ਲੈ ਕੇ ਆਈ, ਉਹਨਾਂ ਦੇ ਵੱਲੋਂ ਇਹ ਪਾਣੀ ਇੱਥੇ ਪਹੁੰਚਿਆ। ਪੀਣ ਦੇ ਪਾਣੀ ਦਾ ਪ੍ਰਬੰਧ ਤੱਕ ਨਹੀਂ ਹੈ, ਅਤੇ ਸਰਕਾਰ ਕਿਹੜੇ ਤਰੀਕੇ ਦੇ ਨਾਲ ਇਸ ਮੁਹਿੰਮ ਨੂੰ ਠੀਕ ਕਰਦੀ ਹੈ, ਇਸ ਖਤਰੇ ਦੇ ਨਾਲ ਨਜਿੱਠਦੀ ਹੈ, ਇਹ ਗੱਲਾਂ ਤਾਂ ਹਜੇ ਬਹੁਤ ਵੱਡੇ ਸਵਾਲ ਹੋਣਗੇ। ਸੋ ਕੈਮਰਾ ਤਾਂ ਜਿੱਥੋਂ ਤੱਕ ਜਾ ਰਿਹਾ ਜੀ, ਸਾਰੇ ਸਥਿਤੀ ਹੈ, ਔਰ ਇਹ ਸਿਰਫ ਇੱਕ ਪਿੰਡ ਦੀ ਗੱਲ ਹੈ। ਗਿੱਦੜਪਿੰਡੀ ਦੇ ਵਿੱਚ ਅਸੀਂ ਆਏ ਹੋਏ ਹਾਂ, ਸਟੇਸ਼ਨ ਬਸਤੀ ਹੈ ਜੀ ਇਹ, ਇੱਥੇ ਗਰੀਬਾਂ ਦੇ ਘਰ ਵਾ ਸਾਰੇ, ਕੋਈ ਇੱਥੇ ਸ਼ਰਮਾਏਦਾਰ ਨਹੀਂ, ਦਿਹਾੜੀਦਾਰ ਬੰਦੇ ਸਾਰੇ ਇੱਥੇ ਟੋਟਲੀ। ਇਹਨਾਂ ਕੋਈ ਨਾ ਜ਼ਮੀਨ ਆ, ਨਾ ਕੋਈ ਦਿਹਾੜੀ ਕਰਕੇ ਸ਼ਾਮ ਨੂੰ ਲਿਆਉਂਦੇ ਆ ਅਤੇ ਫਿਰ ਆਪਦੇ ਬੱਚਿਆਂ ਨੂੰ ਪਾਲਦੇ। ਤੁਸੀਂ ਮੈਂਬਰ ਪੰਚਾਇਤ ਤੋਂ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ, ਹੁਣ ਫਿਰ ਤੁਹਾਡੀ ਸਰਕਾਰ ਇੱਧਰ ਬਾਰੇ ਕੋਈ ਚੱਲਦੀ ਹੈ ਇਸ ਵੇਲੇ? ਸਰਕਾਰ ਇੱਧਰ ਬਾਰੇ ਜੀ ਕੋਈ ਨਹੀਂ, ਸਰਕਾਰਾਂ ਇੱਕ ਆਉਂਦੀ ਇੱਕ ਚੱਲ ਜਾਂਦੀ, ਠੀਕ ਆ। ਜਿਹੜੀ ਪਹਿਲੀ ਸੀ ਉਹ ਵੀ ਇੱਦਾਂ ਸੀ, ਜਿਹੜੀ ਹੋਣ ਵਾਲੀ ਹੈ ਤਾਂ ਬਿਲਕੁਲ ਬੇਨਕਾਮ ਆ। ਕੈਪਟਨ ਦੀ ਸਰਕਾਰ ਜਿਹੜੀ ਹੈ ਨਾ ਇਸ ਵੇਲੇ ਬੇਨਕਾਮ ਆ, ਇਹਦਾ ਕੋਈ ਹਾਲ ਨਹੀਂ, ਕੋਈ ਪ੍ਰਸ਼ਾਸਨ ਨਹੀਂ, ਕੋਈ ਇਹਨੂੰ ਪਤਾ ਨਹੀਂ ਕਿੱਥੇ ਪਬਲਿਕ ਵੱਸਦੀ ਆ, ਪਬਲਿਕ ਡੁੱਬਦੀ ਆ ਕਿ ਮਰਦੀ ਆ। ਦੇਖੋ ਕੀ ਹਾਲ ਬਣਿਆ, ਬੀਬੀਆਂ ਕਿੱਦਾਂ ਕੋਠੇ 'ਤੇ ਖੜੀਆਂ। ਮੈਂਬਰ ਪੰਚਾਇਤ ਕੀ ਕਰੇ, ਮੈਂਬਰ ਪੰਚਾਇਤ ਜੋ ਰੌਲਾ ਪਾਉਂਦੇ ਸੁੱਕਾ ਹੁੰਦਾ, ਕੋਈ ਸੁਣਵਾਈ ਨਹੀਂ ਕਰਦਾ ਇੱਥੇ ਆ ਕੇ। ਜਿੰਨੇ ਮੰਤਰੀ ਆ ਵੋਟਾਂ ਵੇਲੇ ਆਉਂਦੇ ਆ, ਕੁਛ ਨਹੀਂ ਪੁੱਛਦੇ ਕੀ ਕਰਨਾ ਕੀ ਨਹੀਂ। ਆਹ ਤਾਂ ਹੁਣ ਲੋਕ ਵਿਚਾਰੇ ਕੱਲ੍ਹ ਦੇ ਸਮਾਨ ਕੋਈ ਮਾੜਾ ਮੋਟਾ ਕੱਢਿਆ, ਬੱਚੇ ਆਪਦੇ ਕਿਸੇ ਨੇ ਕਿਤੇ ਘਰ 'ਤੇ ਰਿਸ਼ਤੇ, ਕੋਈ ਕਿਤੇ ਨੇ ਜੋ ਕੋਈ ਮੱਝ ਡੰਗਰਾ ਉਹ ਕਿਸੇ ਦਾ ਗਿਆ ਕਿਤੇ ਰਿਸ਼ਤੇਦਾਰਾਂ ਦੇ ਪਹੁੰਚਾ ਤਾ। ਆਹ ਤਾਂ ਹਾਲ ਬਣਿਆ ਹੋਇਆ ਇਸ ਸਰਕਾਰ ਦਾ। ਕੋਈ ਨਾਲ ਇੱਧਰ ਕਿਉਂਕਿ ਬਾਈ ਜੀ ਹੋਰਾਂ ਦੇ ਤੁਹਾਡੇ ਰਿਸ਼ਤੇਦਾਰ ਹੀ ਸੀ ਨਾ ਜਿਹੜੀ ਡੈਥ ਹੋਈ ਹੈ ਕੱਲ੍ਹ, ਉਹਨਾਂ ਦਾ ਸੰਸਕਾਰ ਸੜਕ 'ਤੇ ਕਰਨਾ ਪਿਆ ਕਿਉਂਕਿ ਸਾਨੂੰ ਜਿਹੜੇ ਦੂਸਰੇ ਰਸਮਾਂ ਰਿਵਾਜ ਆ ਉਹ ਵੀ ਕਰਨੇ ਪੈਣਗੇ। ਉਹ ਫਿਰ ਕਿਹੜੀ ਸਥਿਤੀ 'ਚ ਹੋਣਗੇ ਜਦੋਂ ਇਹੋ ਜਿਹਾ ਹਾਲ ਹੈ? ਦੇਖੋ ਜੀ, ਇਹ ਤਾਂ ਸਾਰੇ ਪਰਿਵਾਰ ਨਾਲ ਬਹਿ ਕੇ ਜੋ ਸਲਾਹ ਕੀਤੀ ਜਾਊਗੀ ਕਿ ਕਿਹੜੀ ਸਥਿਤੀ ਕੱਲ੍ਹ ਨੂੰ ਕਿੱਦਾਂ ਫੁੱਲ ਚੁਗੇ ਜਾ ਸਕਦੇ ਆ, ਕਿੱਦਾਂ ਪਹੁੰਚ ਸਕਦਾ ਗੋਂਦਵਾਲ ਸਾਹਿਬ ਫੁੱਲ ਪਾਉਣ ਜਾਣਾ, ਕਿ ਸਮਾਂ ਕਿੱਦਾਂ ਦਾ ਮਿਲਦਾ ਜਿੱਦਾਂ ਸੜਕ 'ਤੇ ਤੋੜ ਪੈ ਰਹੇ ਆ, ਕਿ ਕੱਲ੍ਹ ਨੂੰ ਮਾਹੌਲ ਸਾਨੂੰ ਜਾਣ ਦਾ ਕਿਸੇ ਬੰਨੇ ਮਿਲਦਾ ਕਿ ਨਹੀਂ ਮਿਲਦਾ। ਪਹਿਲੀ ਗੱਲ ਤਾਂ ਇੱਥੋਂ ਨਹੀਂ ਸਾਨੂੰ ਨਿਕਲਣ ਦਾ ਮਾਹੌਲ ਮਿਲਣ ਡਿਆ, ਅਤੇ ਅਸੀਂ ਗਾਂ ਕਿ ਜੋ ਵੀ ਹੋਊਗਾ ਸਾਡੇ ਸਾਰੇ ਰਿਸ਼ਤੇਦਾਰਾਂ ਨਾਲ ਬਹਿ ਕੇ ਸਲਾਹ ਹੋਊਗੀ ਵੀ ਕੀ ਹਿਸਾਬ ਕਿਤਾਬ ਆ। ਆਹ ਸਾਡਾ ਸਾਬਕਾ ਸਰਪੰਚ ਆ ਰਿਹਾ ਜਿਹੜਾ ਹੁਣ, ਠੀਕ ਹੈ, ਮੌਜੂਦਾ ਤੋਂ ਰਹੇ ਸਾਬਕਾ ਹੋ ਗਿਆ, ਠੀਕ ਆ। ਇੱਥੇ ਇਹੀ ਗਰੀਬ ਬੰਦਾ ਸਰਪੰਚ ਬਣਿਆ ਸੀ ਉਦੋਂ, ਮਾੜਾ ਮੋਟਾ ਇਹਨੇ ਹਾਲੇ ਵੀ ਗਰੀਬ ਆ, ਸਰਪੰਚ ਵੈਸੇ ਅਮੀਰ ਬਣ ਜਾਂਦੇ ਹੁੰਦੇ ਬਾਅਦ 'ਚ, ਪਤਾ ਜੀ ਅਮੀਰ ਤਾਂ ਬਣ ਜਾਂਦੇ ਆ, ਇਹਨੇ ਵਿਚਾਰੇ ਅਮੀਰ ਕੀ ਬਣਨਾ ਸੀ, ਆਪ ਇਹ ਕੰਮ ਕਰਦਾ ਰਿਹਾ, ਸਾਰਾ ਕੁਛ ਇਹ ਆਪ ਕਰਦਾ ਰਿਹਾ, ਅਤੇ ਇੱਧਰ ਉੱਧਰ ਸਰਕਾਰਾਂ ਜਿਹੜੇ ਪੈਸੇ ਆਉਂਦੇ ਸੀ ਉਹ ਲਾ ਲੂ ਦਿੱਤੇ ਇਹਨੇ ਵਿਚਾਰੇ ਨੇ, ਹੁਣ ਤਾਂ ਇੱਦਾਂ ਵੇਲੋ ਪਾਣੀ ਵਿੱਚ ਤਰ ਤਰ ਕੇ ਆਉਂਦਾ, ਇਹਦੇ ਕੋਲ ਕੱਛਾ ਵੀ ਨਹੀਂ ਤੇਲ ਹੋਣਾ, ਮੇਰੇ ਹਿਸਾਬ ਨਾਲ ਤਾਂ ਔਖਾ ਕੰਮ ਇਹਦਾ। ਸੋ ਸਥਿਤੀ ਹੈ ਜਿਹੜੀ ਜੀ, ਇੱਕ ਪਾਸੇ ਬੜੀ ਮਾੜੀ ਬਣੀ ਹੋਈ ਆ, ਪਰ ਇਹ ਵੀ ਹੈ ਕਿ ਪੰਜਾਬੀਆਂ ਦੇ ਜਿਗਰ ਹੈ, ਅਸੀਂ ਮੁਸੀਬਤ ਵੇਲੇ ਵੀ ਹੱਸ ਲੈਂਦੇ ਹਾਂ, ਇੱਕ ਦੂਜੇ ਨੂੰ ਹੁਣ ਵੀ ਚੇਡਾਂ ਕਰ ਲੈਂਦੇ ਹਾਂ। ਸੱਪ ਆ ਗਿਆ, ਤਾਰ ਨਿਕਲੀ ਆ, ਬਚ ਗਿਆ ਹਾਲੇ। ਇਹ 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 ਹਾਲਾਤ ਨੇ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਤੁਸੀਂ 5 ਸਾਲ ਸਰਪੰਚੀ ਕੀਤੀ ਹੈ, ਉਦੋਂ ਵੀ ਸਮੱਸਿਆ ਕੋਈ ਇੱਦਾਂ ਦੀ ਨਹੀਂ ਸੀ ਪ੍ਰੋਬਲਮ ਆਈ, ਅਤੇ ਹੁਣ ਇਸ ਕਿ ਇਹ 88 ਦੇ ਵਿੱਚ ਪਾਣੀ ਆਇਆ ਸੀਗਾ, ਉਦੋਂ ਆਹ ਮੁਸੀਬਤ ਉਦੋਂ ਆਈ ਸੀ ਸਾਡੇ 'ਤੇ, ਅਤੇ ਪਬਲਿਕ ਨੇ ਵੈਸੇ ਅੱਜ ਵੀ ਪਬਲਿਕ ਲੈ ਕੇ ਆਉਂਦੀ ਆ ਪਿੰਡਾਂ ਤੋਂ ਪਕਾ ਕੇ ਰਾਸ਼ਨ ਪਾਣੀ। ਪਰ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਤਾਂ ਬਣਦੀ ਹੈ ਨਾ ਜੀ, ਲੋਕ ਤਾਂ ਖੜ੍ਹਦੇ ਆ, ਚਲੋ ਚੰਗੀ ਗੱਲ ਆ, ਭਾਈਚਾਰਕ ਭਾਈਚਾਰਾ ਬਹੁਤ ਲੈ ਕੇ ਆਉਂਦਾ ਵਾ, ਮਤਲਬ ਕੋਈ ਜੋ ਵੀ ਆਪਦੇ ਕੋਲੋਂ ਕੋਈ ਚਾਹ ਦਾ ਸਮਾਨ ਕੋਈ ਰੋਟੀ ਪਾਣੀ ਦਾ ਸਮਾਨ ਲੈ ਕੇ ਆਉਂਦੇ ਆ। ਅਤੇ ਜਦੋਂ ਮੈਂ ਸਰਪੰਚ ਬਣਿਆ ਸੀ 2013 ਦੇ ਵਿੱਚ, ਉਦੋਂ ਤੋਂ ਲਾ ਕੇ ਤਾਂ ਆਹ ਪਹਿਲੀ ਸਮੱਸਿਆ ਵਾ ਜਿਹੜਾ ਪਾਣੀ ਫਿਰ 88 ਦੇ ਹੜ੍ਹ 'ਚ ਆਇਆ ਸੀ, ਜਾਂ ਉਦੋਂ ਜਾਂ ਐਤਕੀ ਆਇਆ ਵਾ, ਅਤੇ ਪਰੇਸ਼ਾਨੀ ਬਹੁਤ ਜ਼ਿਆਦਾ ਆਈ। ਆਹ ਜਿਹੜੀ ਬਸਤੀ ਆ ਜਾਂ ਇਲਾਕਾ ਹੀ ਆ ਸਾਰਾ, ਗਰੀਬ ਏਰੀਆ ਹੀ ਆ ਸਾਰਾ, ਅਤੇ ਆਹ ਵੇਖ ਲਓ ਪਾਣੀ
ਤੁਸੀਂ ਵੀ ਪਾਣੀ ਦੇ ਵਿੱਚ ਹੀ ਆਏ ਹੋਏ ਆ, ਇਹ ਤਾਂ ਤੁਹਾਨੂੰ ਚਲੋ ਅਸੀਂ ਸਾਡਾ ਤਾਂ ਕੰਮ ਹੈ ਕਿਉਂਕਿ ਜੇ ਤੁਹਾਡੀ ਸਮੱਸਿਆ ਅਸੀਂ ਨਹੀਂ ਦਿਖਾਵਾਂਗੇ ਤਾਂ ਉਹ ਨਜ਼ਰ ਕਿਵੇਂ ਆਊਗੀ। ਅਸੀਂ ਤਾਂ ਘੰਟੇ ਵਾਸਤੇ ਆਏ ਹਾਂ, ਅੱਧੇ ਘੰਟੇ ਵਾਸਤੇ ਨਿਕਲ ਜਾਣਾ, ਤੌਲੀਏ ਗੱਡੀ 'ਚ ਪਿਆ ਨਿਬੜ ਜਾਣਾ ਕੰਮ। ਪਰ ਸਮੱਸਿਆ ਤਾਂ ਉਹਨਾਂ ਲੋਕਾਂ ਦੀ ਆ ਨਾ, ਕਿਵੇਂ ਉਹ ਬੀਬੀਆਂ ਨੇ, ਉਹ ਵਿਚਾਰੀਆਂ ਕੱਲ੍ਹ ਦੀਆਂ ਇਸ ਪਾਣੀ ਦੇ ਵਿੱਚ, ਹੁਣ ਪਾਣੀ ਪੀਣ ਦੇ ਵਾਸਤੇ ਤਾਂ ਹੱਥ ਉਤਰੀਆਂ ਹੋਈਆਂ ਸੀ, ਪਰ ਘਰੇ ਪੀਣ ਵਾਲਾ ਪਾਣੀ ਹੈ ਨਹੀਂ, ਆਹ ਦੂਸਰਾ ਬਥੇਰਾ ਫਿਰ ਪਾਣੀ ਨਿਤਾਰ ਕੇ ਪੀ ਹੁੰਦਾ ਵਾ ਜੀ ਪਾਣੀ, ਆਹ ਜਿਹੜਾ ਕਿ ਨਹੀਂ ਪਾਣੀ ਨਿਤਾਰ ਕੇ ਹੀ ਆ, ਪਾਣੀ ਤਾਂ ਜਿਹੜਾ ਸੀਗਾ ਪਾਣੀ ਪਹਿਲਾਂ ਉਹ ਮੁੱਕ ਗਿਆ ਵਾ, ਤੇ ਹੁਣ ਕੱਲ ਦੇ ਤੇ ਪਾਣੀ ਦੇ ਉੱਤੇ ਘੇਰੇ ਚਾਏ ਹੋਏ ਆ। ਇੱਥੇ ਕੋਈ SDM ਨਹੀਂ, ਕੋਈ ਦੂਜਾ ਨਹੀਂ, ਤਹਿਸੀਲਦਾਰ ਨਹੀਂ, ਕੋਈ ਅੱਜ ਤੱਕ ਕਿਸਾਨ ਨਹੀਂ, ਇਹਨਾਂ ਕੋਲ ਤਰਪਾਲ ਨਹੀਂ, ਮੀਂਹ ਆ ਜਾਏ ਕੀ ਕਰਨਗੇ, ਬੱਚੇ ਕਿੱਦਾਂ ਲੁਕਾਉਣਗੇ, ਜਾਂ ਸਮਾਨ ਆਪਦਾ ਜਿਹੜਾ ਮਾੜਾ ਮੋਟਾ ਵਾ ਖਾਣ ਪੀਣ ਕਿੱਦਾਂ ਢੱਕਣਗੇ, ਇਹਨਾਂ ਕੰਨ ਤਾਂ ਜੂ ਨਹੀਂ ਸਰ ਕੀ ਹੈ ਸਰ। ਬਾਪੂ ਜੀ ਤੁਸੀਂ ਕੀ ਪਾ ਕੇ ਲਿਆਏ ਇਹਦੇ ਵਿੱਚ? ਅਸੀਂ ਵੀ ਸਮਾਨ ਉੱਥੋਂ ਲਿਆਏ ਜੀ। ਅੱਛਾ, ਰਾਸ਼ਨ ਹੈ ਖਾਣ ਪੀਣ ਵਾਸਤੇ? ਹਾਂਜੀ ਹਾਂਜੀ ਹਾਂਜੀ। ਬੱਚੇ ਬੈਠੇ ਹੋਣੇ ਘਰੇ? ਹਾਂਜੀ। ਸੋ ਜਿਵੇਂ ਸਾਨੂੰ ਕੁਛ ਕੁ ਜਿਹੜੇ ਵਲੰਟੀਅਰ ਇੱਥੇ ਆਏ ਹੋਏ ਆ ਉਹ ਦੱਸ ਰਹੇ ਸੀ ਕਿ ਇੱਕ ਬਾਪੂ ਜੀ ਆ, ਦੋ ਦਿਨਾਂ ਤੋਂ ਬੰਦ ਸੀ ਇੱਥੇ, ਹੁਣੇ ਰੈਸਕਿਊ ਆਪਰੇਸ਼ਨ ਵਾਲੇ ਪਹੁੰਚੇ ਸੀ ਅਤੇ ਬਾਪੂ ਜੀ ਹੋਰੇ ਬਾਹਰ ਆਏ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੱਲ੍ਹ ਦੇ ਇੱਥੇ ਹੋ? ਹਾਂਜੀ ਕੱਲ੍ਹ ਦੇ ਜੀ ਇੱਥੇ। ਕੁਛ ਉੱਥੇ ਖਾਣ ਪੀਣ ਦਾ ਸਮਾਨ ਪਹੁੰਚਿਆ? ਨਹੀਂ, ਕੋਈ ਨਹੀਂ ਪਹੁੰਚਿਆ। ਅੱਜ ਫਿਰ ਕਿਵੇਂ ਪਤਾ ਲੱਗਿਆ ਕਿ ਤੁਸੀਂ ਅੰਦਰੋਂ ਇਸ਼ਾਰਾ ਕੀਤਾ ਇਹਨਾਂ ਨੂੰ? ਆਹੋ, ਗੱਡੀ ਵਾਲੇ ਨੰਗੇ ਆ, ਬੇੜੀ ਵਾਲੇ ਨੰਗੇ ਆ, ਗੱਡੀ ਵਾਲੇ, ਇਹਨਾਂ ਨੇ ਦੱਸਿਆ ਮੈਂ ਇਸ਼ਾਰਾ ਕੀਤਾ ਤਾਂ ਆਇਆ, ਹੋਰ ਕੋਈ ਗਵਰਨਮੈਂਟ ਵੱਲੋਂ ਕੋਈ ਨਹੀਂ ਗਾ, ਸਰਕਾਰ ਵੱਲੋਂ ਕੋਈ ਇੱਥੇ ਅਰੇਂਜਮੈਂਟ ਨਹੀਂ। ਪ੍ਰਸ਼ਾਸਨ ਖੜਾ ਹੈ, ਪ੍ਰਸ਼ਾਸਨ ਖੜਾ ਹੈ, ਮੂੰਹ ਚੁੱਕ ਕੇ ਸਾਰਾ ਵੇਖਣ ਦਿਆ, ਬਜ਼ੁਰਗ ਹੱਥ ਮਾਰਦਾ ਪਿਆ, ਕਿਸੇ ਨੇ ਕੋਲ ਆ ਗਿਆ ਬਜ਼ੁਰਗ ਨੂੰ ਕੱਢਿਆ ਨਹੀਂ, ਰੱਬੀ ਅਸੀਂ ਗਾਂ ਸਹੂਲਤ ਲਈ ਜਾ ਰਹੇ ਸੀ। SDM ਨੰਗੀ ਆ ਇੱਥੇ ਖੜੀ ਰਹੀ ਘੰਟਾ, ਉਹਨੇ ਇੱਕ ਵਾਰ ਕਿਹਾ ਵੀ ਤੂੰ, ਤੈਨੂੰ ਕੋਈ ਲੋੜ ਆ ਜਾਂ ਪਰੋਲ, ਆ ਪਟਵਾਰੀ ਇੱਥੇ ਖੜਾ ਹੋਣੇ ਆ, ਇੱਕ ਖੱਚ ਜਿਹਾ ਇੱਥੇ ਆ ਪਟਵਾਰੀ ਖੜਾ ਸੀਗਾ। ਉਹ ਪਰਿਵਾਰ ਇਹ ਤਾਂ ਹੋਰ ਵੀ ਖੜਾ ਹੈ, ਅਜੇ ਦੂਸਰੇ ਘਰ ਨੂੰ ਇਹੀ ਬਚਾਵਾਂਗੇ, ਤੇ ਪ੍ਰਸ਼ਾਸਨ ਨੇ ਸਾਨੂੰ ਕੋਈ ਸਾਨੂੰ ਇੱਕ ਸਹੂਲਤਾਂ ਸਾਨੂੰ ਬੇੜ ਗਏ ਹੋ ਗਏ। ਇੱਧਰ ਕੱਲ੍ਹ ਵੀ ਅਸੀਂ ਗੱਡੀ 'ਤੇ ਇੱਥੇ ਲਾ ਕੇ ਗਏ ਹਾਂ, ਇੱਥੇ ਕੱਲ੍ਹ ਵੀ ਗੱਡੀ 'ਤੇ ਲਾ ਕੇ ਗਏ ਸੀਗੇ, ਅੱਜ ਵੀ ਅੱਜ ਸਪੈਸ਼ਲ ਆਏ ਹੋਣੇ ਸੀ ਫੇਰ। ਚੰਗੀਆਂ ਸਾਨੂੰ ਪ੍ਰਸ਼ਾਸਨ ਚੰਗੀਆਂ ਬੇੜੀਆਂ ਮੁਹੱਈਆ ਕਰਦੇ ਨੇ ਸਾਡੇ ਇੱਧਰ ਮਹੂ ਵਾਲੇ ਯੂਥ ਨੂੰ, ਅਸੀਂ ਇੱਕ ਵੀ ਬੰਦਾ ਨਹੀਂ ਰਹਿਣ ਦਿੰਦੇ, ਮਹੂ ਵਾਲੇ ਯੂਥ ਨੂੰ ਸਾਨੂੰ ਬੇੜੀਆਂ ਪ੍ਰੋਵਾਈਡ ਕਰ ਦੇਣਾ, ਹੁਣ ਆਪਦੇ ਖਰਚੇ ਅੱਖੋਂ ਤੇ ਬੇੜੀ ਲਿਆ ਕੇ ਸਰਕਾਰੀ ਇੰਜਣ ਚੋਰੀ ਲਾ ਕੇ ਅਸੀਂ ਕਿਸੇ ਬੰਦਾ ਕੋਈ ਲਗਾ ਪੋਚਲ ਕਿਸੇ ਨਾਲ ਸਰਕਾਰੀ ਇੰਜਣ ਅਸੀਂ ਨਾ ਕਿਸੇ ਉੱਥੇ ਪਿਆ ਸੀ ਲੈ ਆਉਂਦਾ ਜੀ, ਕੋਈ ਬੰਦਾ ਕੰਮ ਕਾਰ ਕਰਦਾ ਸੀ ਲੈ ਆਉਂਦਾ, ਤੇ ਹੁਣ ਉਹ ਇੰਜਣ ਰੱਖ ਕੇ ਬੇੜੀ ਦੇ ਫਿੱਟ ਕਰਕੇ ਭਾਜੀ ਇੱਕ ਬੋਲ ਲੈਂਦੇ ਚੌਧਰ ਪਿੱਛੇ ਨਾ ਪਿੱਛੇ ਅਸੀਂ ਬੇੜੀ ਦੇ ਫਿੱਟ ਕਰਕੇ ਅੱਜ ਅਸੀਂ ਉਸੇ ਬੇੜੀ ਹੁਣ ਬੰਦੇ ਕੱਢਣ ਜਾ ਰਹੇ ਹਾਂ, ਪਰ ਸਰਕਾਰ ਨੂੰ ਚਾਹੀਦਾ ਸਾਨੂੰ ਕੋਲੋਂ ਫੰਡ ਇਕੱਠਾ ਕਰਕੇ ਅਸੀਂ ਮੁੰਡਿਆਂ ਕੋਲੋਂ ਆਪਦੇ ਕੋਲੋਂ ਪੈਸਾ ਲਾ ਰਹੇ, ਗੌਰਮੈਂਟ ਸਾਨੂੰ ਕੁਛ ਨਹੀਂ ਦੇ ਰਹੀ। ਹਾਂਜੀ, ਆਹ ਦੇਖ ਲਓ ਜੀ ਹਾਲਾਤ ਅਤੇ ਜਿਹੋ ਜਿਹੇ ਪ੍ਰਬੰਧ ਨੇ, ਇਹਦੇ ਬਾਰੇ ਜਿਹੜੀ ਗੱਲ ਚੱਲ ਰਹੀ ਹੈ ਇਸ ਦੀ ਕਹਾਣੀ ਹੈ, ਔਰ ਇਹ ਇੱਕ ਵਾਰ ਨਹੀਂ ਬਹੁਤੇ ਵਾਰੀ ਇਹੀ ਹੁੰਦਾ ਕਿ ਪ੍ਰਸ਼ਾਸਨ ਉਦੋਂ ਬਾਅਦ ਢੋਲ ਵਜਾਉਣਾ ਸ਼ੁਰੂ ਕਰ ਦਿੰਦਾ ਜਦੋਂ ਸਾਰਾ ਕੁਛ ਹੋ ਹਟਦਾ। ਅੱਜ ਦੇ ਹਾਲਾਤ ਹੈ, ਇਹ ਗਿੱਦੜਬਿੰਡੀ ਪਿੰਡ ਦੇ ਹੈ, ਪੂਰੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਇਹੋ ਜਿਹੇ ਹਾਲਾਤ ਨੇ, ਇਹਦੋਂ ਮਾੜੇ ਵੀ ਹੋਣਗੇ, ਪਰ ਕਿਹੜੀਆਂ ਕਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ, ਕਿਹੜੀ ਕਿਹੜੀ ਸਥਿਤੀ ਸਾਹਮਣੇ ਆਉਂਦੀ ਹੈ, ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾਵੇ।